ਲੁਧਿਆਣਾ ਸ਼ਹਿਰ ਦੇ ਨੂਰਾਂਵਾਲਾ ਰੋਡ 'ਤੇ ਸਥਿਤ ਕੱਪੜੇ ਦੀਆਂ 3 ਫੈਕਟਰੀਆਂ 'ਚ ਸ਼ੁੱਕਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਵਿਭਾਗ ਦੀਆਂ 25-30 ਦੇ ਕਰੀਬ ਗੱਡੀਆਂ ਪੁੱਜੀਆਂ। ਦੱਸ ਦਈਏ ਕਿ ਨੂਰਾਂਵਾਲਾ ਰੋਡ 'ਤੇ ਪਹਿਲਾਂ ਕੱਪੜੇ ਦੀਆਂ 2 ਫੈਕਟਰੀਆਂ ਨੂੰ ਅੱਗ ਲੱਗੀ, ਜੋ ਕਿ 3 ਫੈਕਟਰੀ ਤੱਕ ਵੀ ਪੁੱਜ ਗਈ। ਅੱਗ ਲੱਗਣ ਕਾਰਨ ਫੈਕਟਰੀ ਵਿੱਚੋਂ ਅੱਗ ਦੇ ਪਾਂਬੜ ਨਿਕਲ ਗਏ ਅਤੇ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਭੁਪਿੰਦਰ ਸਿੰਘ ਸੰਧੂ, ਡਿਵੀਜ਼ਨਲ ਫਾਇਰ ਅਫਸਰ ਲੁਧਿਆਣਾ। ਇਹ ਅੱਗ ਜੋ ਸ਼ਿਵਪੁਰੀ ਸੁਬਹ 3 ਵਜੇ ਅੱਗ ਲੱਗੀ ਸੀ, ਇਸ ਦੀ ਸੂਚਨਾ ਜੋ ਫਾਇਰ ਬ੍ਰਿਗੇਡ ਕੋਲ ਸੁਬਹ 4 ਵਜੇ ਦੀ ਗਈ ਹੈ। ਫਾਇਰ ਬ੍ਰਿਗੇਡ ਨੇ ਤੁਰੰਤ ਜਿਹੜੀਆਂ ਆਪਣੀਆਂ 10-12 ਗਾੜੀਆਂ ਅੱਗ ਪੇ ਭੇਜ ਦੀਆਂ ਗਈਆਂ। ਇਸ ਅੱਗ ਜ਼ਿਆਦਾ ਹੋਣ ਦੀ ਵਜ੍ਹਾ ਸੇ ਆਸ ਪਾਸ ਕੇ ਫਾਇਰ ਸਟੇਸ਼ਨ ਗਾੜੀਆਂ ਬੁਲਾਈ ਗਈ ਹੈ। ਤੋ ਸਭੀ ਪ੍ਰਸ਼ਾਸਨ ਜੋ ਹੈ ਮੌਕੇ ਪਰ ਪਹੁੰਚਾ ਹੋਇਆ ਹੈ। ACP ਹੈ, DSP ਹੈ, SDM ਸਾਹਿਬ ਹੈ, ਮੇਅਰ ਸਾਹਿਬ ਹੈ, ਹਮਾਰੇ ਫਾਇਰ ਕੇ ਸਾਰੇ ਅਫਸਰ ਮੌਕੇ ਪਰ ਮੌਜੂਦ ਹੈ। ਤੋ ਜਿਹੜੀ ਅੱਗ ਅਭੀ ਕੰਟਰੋਲ ਕਰ ਲਈ ਗਈ ਹੈ, ਥੋੜ੍ਹੀ ਦੇਰ ਮੇਂ ਪੂਰੀ ਤਰ੍ਹਾਂ ਬੁਝਾ ਲਈ ਗਈ ਹੈ। ਇਹ 2 ਫੈਕਟਰੀਆਂ ਮੈਂ ਅੱਗ ਲੱਗੀ।